ਰਕਸ਼ਾ ਕਰਦਾ ਹੈ, ਪਰਮੇਸ਼ਰ ਆਪਣੀ ਰਕਸ਼ਾ ਦੇ ਬਾਰੇ ਆਪਾਂ ਨੂੰ ਦੱਸਦਾ ਹੈ ਤਾਂ ਆਪਣੇ ਲਈ ਕੀ ਕਰਦਾ, ਆਪਣਾ ਪੂਰਾ ਮਿਸ਼ਨ ਵਿਸ਼ਵਾਸ ਅਤੇ ਇਮਾਨ ਜਿਹੜਾ ਕਾਇਮ ਰੱਖਦਾ ਹੈ ਉਹ ਭਜਨ ਸਹਾਇਤਾ 91 ਦੇ ਆਏ ਤਾਂ ਪਰਮੇਸ਼ਰ ਦੀ ਬੜੀ ਮਹਾਨ ਕਿਰਪਾ ਜੋ ਪਰਮੇਸ਼ਰ ਜੀ ਯਹੋਵਾ ਜੀ ਆਪਣੇ ਸਾਹਮਣੇ ਕਰਦੇ ਹਨ ਅਤੇ ਉਹ ਵਚਨ ਦੇ ਉੱਤੇ ਅਮਲ ਕਰਕੇ ਵਿਸ਼ਵਾਸ ਕਰਕੇ ਉਸ ਵਚਨ ਦੇ ਉੱਤੇ ਭਰੋਸਾ ਰੱਖੀਏ ਤਾਂ ਪਰਮੇਸ਼ਰ ਦੇ ਕੰਮਾਂ ਦੇ ਵੱਲ ਵੇਖੀਏ। ਜਿਹੜਾ ਕੰਮ ਪਰਮੇਸ਼ਰ ਜੀ ਯਹੋਵਾ ਭਜਨ ਸਹਾਇਤਾ 91 ਦੇ ਵਿੱਚ ਕਹਿੰਦਾ ਹੈ ਉਹਦੇ ਬਾਰੇ ਵਚਨਾਂ ਦੇ ਵੱਲ ਦੇਖੋ ਅਤੇ ਅੱਗੇ ਉਹਨਾਂ ਦੇ ਵਚਨਾਂ ਦੇ ਵੱਲ ਦੱਸਾਂਗੇ। ਆਮੀਨ, ਹਾਲੇਲੂਇਆ। ਹਾਂ ਬੇਟਾ ਬੋਲਾ। ਹਾਲੇਲੂਇਆ। ਪਰਮੇਸ਼ਰ ਹਮਾਰਾ ਰਕਸ਼ਕ ਜੋ ਹਰ ਪ੍ਰਧਾਨ ਦੀ ਛਾਇਆ ਦੇ ਸਥਾਨ ਤੇ ਬੈਠਾ ਰਹੇ ਵਹਿ ਸਰਵਸ਼ਕਤੀਮਾਨ ਦੀ ਛਾਇਆ ਵਿੱਚ ਠਿਕਾਣਾ ਪਾਏਗਾ। ਮੈਂ ਨੋਆ ਦੇ ਵਿਸ਼ੇ ਵਿੱਚ ਕਹੂੰਗਾ ਵਹਿ ਮੇਰਾ ਸ਼ਰਨ ਸਥਾਨ ਲੋਕਗੜ ਹੈ। ਵਹਿ ਦੇਖੋ ਜਿਸ ਤਰ੍ਹਾਂ ਵਚਨ ਕਹਿ ਰਿਹਾ ਸੀ ਸ਼ਕਤੀਮਾਨ ਕੀ ਛਾਇਆ ਮੈਂ ਟਿਕਾਣਾ ਪਾਏਗਾ। ਤੁਸੀਂ ਹੁਣ ਇਹ ਦੇਖਣਾ ਹੈ ਵੀ ਜਦੋਂ ਅਸੀਂ ਮੰਜੀ ਦਾ ਟਿਕਾਣਾ ਕਰਨਾ ਹੈ ਕਿ ਸਵਰਗ ਲੋਕ ਪਰਮੇਸ਼ਰ ਦਾ ਟਿਕਾਣਾ ਰੱਖਣਾ ਹੈ। ਮੰਜੀ ਕੌਣ ਹੈ? ਮੰਜੀ ਦਾ ਮਤਲਬ ਕੀ ਹੈ? ਜੋ ਮੰਜੀ ਮੰਨ ਲੈਂਦਾ ਹੈ, ਪਰਮੇਸ਼ਰ ਕਹਿੰਦਾ ਤੂੰ ਮੇਰਾ ਟਿਕਾਣਾ ਪਾਏਗਾ ਤਾਂ ਮੰਜੀਆਂ ਤੋਂ ਛੁਟਕਾਰਾ ਪਾਏਗਾ। ਮੰਜੀ ਮੰਨਣ ਦੀ ਲੋੜ ਨਹੀਂ ਪੈਣੀ, ਖੁਸ਼ੀਆਂ ਰਹਿਣੀਆਂ। ਪਰਮੇਸ਼ੁਰ ਕਹਿੰਦਾ ਜੋ ਮੇਰਾ ਟਿਕਾਣਾ ਹੈ ਐਸੀਆਂ ਖੁਸ਼ੀਆਂ ਹਨ, ਤੂੰ ਐਸ਼ ਕਰੇਗਾ, ਉਹ ਬਿਮਾਰੀਆਂ ਤੋਂ ਛੁਟਕਾਰਾ ਪਾਏਗਾ, ਉਹ ਖੁਸ਼ੀਆਂ ਦੇ ਵਿੱਚ ਰਹੇਗਾ। ਤੂੰ ਮੇਰਾ ਟਿਕਾਣਾ ਬਹੁਤ ਵੱਡਾ ਹੈ। ਤਾਂ ਪਰਮੇਸ਼ੁਰ ਦੇ ਕੰਮ ਹੈ ਜਿਹੜੇ, ਵੇਖੋ ਆਪਣੇ ਕੰਮ ਪਰਮੇਸ਼ੁਰ ਦੱਸ ਰਿਹਾ ਤਾਂ ਕੰਮਾਂ ਦੇ ਵੱਲ ਧਿਆਨ ਲਾ ਕੇ ਧਿਆਨ ਦੇ ਨਾਲ ਵਚਨ ਨੂੰ ਸੁਣੋ। ਜਿਹੜਾ ਵਚਨ ਨੂੰ ਸੁਣੂਗਾ ਉਹ ਨਾਲ ਦੀ ਨਾਲ ਚੰਗਾ ਹੋਊਗਾ ਜੇ ਪੂਰਾ ਵਿਸ਼ਵਾਸ ਨਾਲ ਸੁਣੇ। ਚਾਹੇ ਯੂਟਿਊਬ ਚੈਨਲ 'ਤੇ ਸੁਣਦਾ ਹੈ, ਚਾਹੇ ਵਚਨ ਤੋਂ ਜਿਹੜਾ ਦੱਸ ਰਿਹਾ ਸੁਣ ਰਹੇ ਹੋ, ਇਹ ਵਚਨ ਧਿਆਨ ਨਾਲ ਸੁਣੋਗੇ ਤਾਂ ਪੂਰੇ ਵਿਸ਼ਵਾਸ ਨਾਲ ਸੁਣੋਗੇ ਅਤੇ ਵਚਨ ਸੁਣਦੇ ਨਾਲ ਚੰਗੇ ਹੋਣਗੇ। ਇਹ ਮੈਂ ਅੱਗੇ ਵਾਅਦਾ ਕਰਦਾ, ਜੇ ਪੂਰੇ ਵਿਸ਼ਵਾਸ ਕਰਕੇ ਵਚਨ ਨਾਲ ਸੁਣੋਗੇ ਅਮਲ ਕਰੋਗੇ ਤਾਂ ਚੰਗੇ ਹੋ ਜਾਓਗੇ। ਪਰਮੇਸ਼ੁਰ ਦਾ ਮਾਨ ਅਤੇ ਵਿਸ਼ਵਾਸ ਤੁਹਾਡੇ ਅੰਦਰ ਆ ਜਾਣਾ, ਤੁਹਾਡਾ ਮਨ ਉਹ ਗਰੀਬ ਹੋ ਜਾਣਾ, ਜਿਹੜਾ ਆਪਣਾ ਮਨ ਅਹੰਕਾਰ ਆ ਉਹ ਅਹੰਕਾਰ ਬਾਹਰ ਹੋ ਜਾਣਾ। ਹਾਲੇਲੂਇਆ। ਪਰਮੇਸ਼ੁਰ ਕਿੰਨਾ ਮਹਾਨ ਹੈ! ਕੋਈ ਸੰਕਟ ਆਵੇ ਤਾਂ ਪਰਮੇਸ਼ੁਰ ਕੀ ਕਹਿੰਦਾ? ਤੂੰ ਉਸਕੇ ਪੈਰੋਂ ਕੇ ਨੀਚੇ ਸ਼ਰਨ ਪਾਏਗਾ। ਤਾਂ ਪਰਮੇਸ਼ੁਰ ਬੜਾ ਮਹਾਨ ਹੈ, ਬੜਾ ਦਇਆ ਦਾ ਮਾਲਕ ਹੈ। ਇੰਨੀ ਬੜੀ ਦਇਆ ਵੀ ਕੋਈ ਸੰਕਟ ਆਉਣ ਲੱਗਿਆ ਤਾਂ ਤੇਰੇ ਕੋਲ ਨਹੀਂ ਪਹੁੰਚਣ ਵਾਲੀ, ਤੂੰ ਤਾਂ ਉਹਦੀ ਪੈਰਾਂ ਦੇ ਵਿੱਚ ਸ਼ਰਨ ਪਾਏਗਾ। ਤਾਂ ਬੜਾ ਮਹਾਨ ਹੈ, ਇੰਨੀ ਵੱਡੀ ਰਕਸ਼ਾ ਕਰ ਰਿਹਾ। ਦੇਖੋ ਐਡੀ ਵੱਡੀ ਰਕਸ਼ਾ ਤਾਂ ਨਾ ਕੋਈ ਮਾਂ ਕਰ ਸਕਦੀ ਹੈ, ਨਾ ਕੋਈ ਪਿਓ ਕਰ ਸਕਦਾ। ਤਾਂ ਆਪਾਂ ਤਾਂ ਬਾਹਰ ਅੰਦਰ ਰੋਜ਼ ਜਾਂਦੇ ਹਾਂ ਤਾਂ ਕਿੱਡਾ ਵੀ ਵੱਡਾ ਸੰਕਟ ਆ ਸਕਦਾ। ਪਰਮੇਸ਼ੁਰ ਕੀ ਕਹਿੰਦਾ ਹੈ? ਤੇਰੇ ਉੱਤੇ ਕੋਈ ਇਹੋ ਜਿਹਾ ਸੰਕਟ ਨਹੀਂ ਆਊਗਾ, ਉਸ ਨੂੰ ਉੱਤੇ ਦੇ ਉੱਤੇ ਲੈ ਲਿਆ ਜਾਊਗਾ, ਜੁੱਪ ਲਏ ਜਾਣਗੇ, ਪਰ ਤੈਨੂੰ ਬਚਾ ਲਿਆ ਜਾਊਗਾ। ਹਾਲੇਲੂਇਆ। ਬੱਚੋ, ਪਰਮੇਸ਼ੁਰ ਕਿੱਡੇ ਵੱਡੇ ਵਾਅਦੇ ਕਰ ਰਿਹਾ। ਜਿਹੜਾ ਹਨੇਰੇ ਤੋਂ ਡਰਦਾ ਹੈ ਨਾ, ਬੱਚੋ ਇਹ ਧਿਆਨ ਨਾਲ ਸੁਣ ਲਿਓ, ਜਿਹੜਾ ਹਨੇਰੇ ਤੋਂ ਡਰਦਾ ਉਹ ਪ੍ਰਭੂ ਯਿਸੂ ਮਸੀਹ ਦਾ, ਪਰਮੇਸ਼ੁਰ ਦਾ ਨਹੀਂ ਹੋ ਸਕਦਾ। ਉਹਦਾ ਹੁੰਦਾ ਫਿਰ ਉਹ ਡਰ ਥੋੜ੍ਹਾ ਡਰਦਾ। ਪਰਮੇਸ਼ੁਰ ਕਹਿੰਦਾ ਮੇਰਾ ਹੋ ਗਿਆ, ਉਹ ਡਰਦਾ ਨਹੀਂ। ਉਹ ਤਾਂ ਹਨੇਰੇ ਦਾ ਸਾਹਮਣਾ ਕਰਦਾ ਹੈ, ਉਹ ਤਾਂ ਚਾਨਣ ਦੀ ਰੋਸ਼ਨੀ ਦਾ, ਚਾਨਣ ਦੀ ਰੋਸ਼ਨੀ ਦਾ ਰਾਜ ਉਸ ਮਾਲਕ ਦਾ, ਮਾਲਕ ਦਾ ਉਹਦਾ ਬੇਟਾ ਹੈ, ਉਹਦਾ ਬੱਚਾ ਹੈ। ਤਾਂ ਇਹੋ ਜਿਹੇ ਹਨੇਰਿਆਂ ਤੋਂ ਨਹੀਂ ਡਰਿਆ ਕਰਦਾ, ਉਹ ਸ਼ੈਤਾਨਾਂ ਤੋਂ ਨਹੀਂ ਡਰਿਆ ਕਰਦਾ, ਕਿਉਂਕਿ ਪਰਮੇਸ਼ੁਰ ਦੀ ਉਹਦੇ ਉੱਤੇ ਕਿਰਪਾ। ਤਾਂ ਬੱਚੋ, ਪਰਮੇਸ਼ੁਰ ਨੇ ਕੀ ਕਿਹਾ ਸੀ? ਮੇਰੇ ਉੱਤੇ ਤੈਨੂੰ ਵਿਸ਼ਵਾਸ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ, ਮੈਂ ਤੇਰੇ ਨਾਲ ਹਾਂ। ਵਿਸ਼ਵਾਸ ਕਰਕੇ ਵੇਖ ਤਾਂ ਮੈਨੂੰ ਯਾਦ ਕਰਕੇ ਵੇਖ, ਤੂੰ ਤਾਂ ਮੇਰੀ ਪੰਖਾਂ ਦੀ ਓਟ ਵਿੱਚ ਹੈ। ਹਾਲੇਲੂਇਆ, ਆਮੀਨ। ਉਹਦੇ ਅੰਤ ਤੁਹਾਨੂੰ ਪਤਾ ਕਿੱਦਾਂ ਦੇਖ ਸਕਦੇ ਹੋ ਤੁਸੀਂ ਬੱਚਿਓ? ਪਰਮੇਸ਼ੁਰ
ਪੰਨਿਆਂ ਨਾਲ ਹੀ ਮਾਰੀ ਜਾਂਦਾ ਹੈ, ਦੰਦੀਆਂ ਪੀਸੀ ਜਾਂਦਾ ਹੈ। ਤਾਂ ਪਰਮੇਸ਼ੁਰ ਕਹਿੰਦਾ ਹੈ ਹਜ਼ਾਰ ਤੇਰੇ ਉੱਪਰ ਆਏਗੇ ਪਰ ਤੇਰੇ ਉੱਪਰ ਨਹੀਂ ਪੜੇਂਗੇ, ਉੱਪਰ ਕੀ ਉੱਪਰ ਲੈ ਲਈਏ ਜਾਏਂਗੇ। ਤਾਂ ਬੱਚਿਓ ਜੋ ਵੀ ਸੰਕਟ ਆਉਂਦਾ ਜਾਂ ਕਾਲ ਦਾ ਕੋਈ ਸੰਕਟ ਆਉਂਦਾ ਤਾਂ ਪਰਮੇਸ਼ੁਰ ਤਾਂ ਦੀ ਤਾਂ ਚੁੱਪ ਲੈਂਦਾ, ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਦਾ। ਤੁਸੀਂ ਉਹ ਚੀਜ਼ਾਂ ਦੇਖ ਸਕਦੇ ਹੋ, ਪਰਮੇਸ਼ੁਰ ਬਹੁਤ ਭਲਾ ਹੈ, ਇੱਡੀ ਵੱਡੀ ਰਕਸ਼ਾ ਕਰਦਾ ਹੈ। ਮੌਤ ਬਣ ਕੇ ਵੀ ਕੋਈ ਉੱਤੋਂ ਟੁੱਟ ਕੇ ਡਿੱਗਦੀ ਹੈ ਤਾਂ ਪਰਮੇਸ਼ੁਰ ਉਹਨੂੰ ਪੁੱਛ ਲੈਂਦਾ, ਆਪਣੇ 'ਤੇ ਨਹੀਂ ਪਹੁੰਚਦੀ। ਪਰਮੇਸ਼ੁਰ ਨੇ ਕਿਹਾ ਜੋ ਮੇਰਾ ਵਿਸ਼ਵਾਸ ਕਰਦਾ ਹੈ, ਇਮਾਨ ਰੱਖਦਾ ਹੈ, ਉਹਦੇ ਨੇੜੇ ਮੌਤ ਨਹੀਂ ਆ ਸਕਦੀ, ਉਹ ਮੇਰਾ ਹੈ, ਇਸ ਲਈ ਉਹ ਮੇਰੀ ਪੰਖਾਂ ਦੀ ਓਟ ਵਿੱਚ ਹੈ। ਹਾਲੇ ਹਾਲੇਲੂਇਆ, ਕਿੱਡਾ ਵੱਡਾ ਵਿਸ਼ਵਾਸ, ਕਿਤਨਾ ਬੜਾ ਵਿਸ਼ਵਾਸ ਪਰਮੇਸ਼ੁਰ ਦਾ। ਦੇਖੋ ਤੁਮਨੇ ਪਰਮੇਸ਼ੁਰ ਪਰ ਵਿਸ਼ਵਾਸ ਕਰ ਲਿਆ ਹੈ ਤਾਂ ਤੁਮ ਪਰ ਕੋਈ ਵਿਪੱਤੀ ਨਹੀਂ ਆਏਗੀ। ਪਰਮੇਸ਼ੁਰ ਨੇ ਪੂਰੇ ਸੱਚੇ ਔਰ ਪੂਰੇ ਇਮਾਨ ਤੁਮਕਾਰ ਤੁਹਾਰੇ ਇਮਾਨ ਸੇ ਸਾਥ ਪਰਮੇਸ਼ੁਰ ਨੇ ਤੁਹਾਰੇ ਪਰ ਹੱਥ ਰੱਖ ਦਿਆ, ਕਹਿ ਦਿਆ ਤੁਹਾਰੇ ਪਰ ਕੋਈ ਵਿਪੱਤੀ ਨਹੀਂ ਆਏਗੀ। ਇਹ ਪਰਮੇਸ਼ੁਰ ਨੇ ਕਿਹਾ ਹੈ, ਉਹ ਪ੍ਰਭੂ ਨੇ ਕਿਹਾ ਵੀ ਤੇਰੇ ਕੋ ਮਾਰਨੇ ਵਾਲਾ ਕੋਈ ਨਹੀਂ, ਮੈਂ ਤੁਹਾਰੇ ਕੋ ਬਚਾਉਣ ਵਾਲਾ ਹਾਂ। ਹਾਲੇਲੂਇਆ, ਹਾਲੇਲੂਇਆ। ਦੇਖੋ ਤੁਸੀਂ ਕਹਿੰਦੇ ਸਤਿ ਜੀ ਕਿ ਬੜਾ ਸੰਕਟ ਆ ਗਿਆ, ਛੇਤੀ ਪ੍ਰਾਰਥਨਾ ਕਰੋ, ਤੁਹਾਡਾ ਤਾਂ ਬੜਾ ਵੱਡਾ ਸੰਕਟ ਆਇਆ। ਤਾਂ ਬਚਨ ਕੀ ਕਹਿੰਦਾ, ਉਹ ਦੂਤੋਂ ਕੋ ਤੇਰੇ ਲਈ ਭੇਜਿਆ ਜਾਏਗਾ, ਉਹ ਤੇਰੀ ਰਕਸ਼ਾ ਕਰੇਗੀ, ਤਾਂ ਕਿਤਨਾ ਵੀ ਬੜਾ ਸੰਕਟ ਹੈ ਉਸਕੋ ਦੂਰ ਕਰੇਗੀ ਪਰ ਤੇਰੇ ਕੋ ਬਚਾ ਲਏਗੀ। ਇਹ ਵਿਸ਼ਵਾਸ ਰੱਖਣਾ, ਇਹ ਇਮਾਨ ਰੱਖਣਾ, ਪਰਮੇਸ਼ੁਰ ਕਿੰਨਾ ਮਹਾਨ ਹੈ, ਕਿੰਨਾ ਭਲਾ ਹੈ, ਇਹ ਵਿਸ਼ਵਾਸ ਅਤੇ ਇਮਾਨ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖੋ, ਇਸ ਇਮਾਨ ਭਰੋਸਾ ਰੱਖੋ। ਪਰਮੇਸ਼ੁਰ 'ਤੇ ਵਿਸ਼ਵਾਸ ਕਰੋਗੇ ਤਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਣਾ, ਦੇਖ ਲਿਓ ਤੁਸੀਂ, ਤੁਹਾਨੂੰ ਪਰਮੇਸ਼ੁਰ ਇਹੋ ਜਿਹੇ ਵੱਡੇ ਚਮਤਕਾਰ ਦਿਖਾਊਗਾ, ਤੁਹਾਡੇ ਕਿੱਡੀ ਵੱਡੀ ਘਟਨਾ ਹੁੰਦਿਆਂ ਹੁੰਦਿਆਂ ਬਚਾ ਲਊਗਾ। ਤੁਸੀਂ ਕਹਿੰਦੇ ਹੋ ਕਈ ਵਾਰੀ ਬੜਾ ਹੱਥ ਦੇ ਕੇ ਰੱਖਿਆ ਪ੍ਰਭੂ ਨੇ, ਬੜੀ ਕਿਰਪਾ ਹੋਈ, ਬੜੇ ਬਚੇ, ਤਾਂ ਪ੍ਰਭੂ ਇਹੀ ਤਾਂ ਕਹਿ ਰਿਹਾ ਵੀ ਤੇਰੀ ਮੌਤ ਕੇ ਨੀਚੀ ਕਾਲ ਦੌੜਾ ਆਏਗਾ ਤਾਂ ਤੇਰੇ ਕੋ ਤੂੰ ਮੇਰੇ 'ਚ ਮੁਝੇ ਯਾਦ ਕਰਤਾ, ਤੇਰੇ ਕੋ ਬਚਾ ਲਿਆ ਜਾਏਗਾ। ਹਾਲੇਲੂਇਆ, ਹਾਲੇਲੂਇਆ। ਪਰ ਮੇਰੇ ਨਾਮ ਵਾਲੇ ਨੂੰ ਤੂੰ ਮਾਰ ਨਹੀਂ ਸਕੇਗਾ ਜਿਹੜਾ ਮੈਨੂੰ ਯਾਦ ਕਰੂ। ਤਾਂ ਬੱਚੋ ਇਸ ਗੱਲ ਨੂੰ ਦੇਖੋ, ਪਰਮੇਸ਼ੁਰ ਨੇ ਬੜੀ ਵੱਡੀ ਕਿਰਪਾ ਕੀਤੀ ਹੈ। ਤਾਂ ਜਿਹੜੇ ਵੀ ਪਰਮੇਸ਼ੁਰ 'ਤੇ ਭਰੋਸਾ ਕਰਦੇ ਹਨ ਉਹ ਅੱਜ ਬੜੀ ਖੁਸ਼ੀਆਂ ਦੇ ਵਿੱਚ, ਬੜੇ ਆਨੰਦ ਦੇ ਵਿੱਚ ਹੈਗੇ ਹੈ। ਅੱਜ ਉਹਨਾਂ ਦੇ ਘਰ ਵਿੱਚ ਗਰੀਬੀ ਨਹੀਂ, ਅੱਜ ਉਹਨਾਂ ਦੇ ਲਈ ਕਿਸੇ ਵੀ ਨਹੀਂ ਹੱਥ ਨਹੀਂ ਕਰਨਾ ਪੈਂਦਾ, ਕਿਸੇ ਨੂੰ ਮੰਗਣਾ ਨਹੀਂ ਪੈਂਦਾ, ਉਹ ਤਾਂ ਉਧਾਰ ਦੇਣ ਵਾਲੇ, ਉਧਾਰ ਲੈਣ ਵਾਲੇ ਨਹੀਂ। ਇਹ ਪਰਮੇਸ਼ੁਰ ਕਹਿੰਦਾ ਜੇ ਮੇਰੇ ਵਿਸ਼ਵਾਸੀ ਜੋ ਮੇਰੇ ਪੂਰਾ ਵਿਸ਼ਵਾਸ ਕਰਦੇ ਹਨ, ਜੋ ਮੇਰੇ 'ਤੇ ਇਮਾਨ ਰੱਖਦੇ ਹਨ,
ਉਹ ਉਧਾਰ ਲੈਣ ਵਾਲੇ ਨਹੀਂ, ਉਹ ਤਾਂ ਕਰਜ਼ਾ ਦੇਣ ਵਾਲੇ ਹਨ, ਲੈਣ ਵਾਲੇ ਨਹੀਂ। ਪਰਮੇਸ਼ੁਰ ਕਹਿੰਦੇ ਮੇਰੇ 'ਤੇ ਵਿਸ਼ਵਾਸ ਕਰਕੇ ਦੇਖ, ਉਹਦੇ ਕਰਜ਼ੇ ਟੁੱਟ ਜਾਣਗੇ, ਉਹਦੇ ਦੁੱਖ ਦੂਰ ਕੀਤੇ ਜਾਣਗੇ, ਉਹਦੀ ਗਰੀਬੀ ਤੋੜ ਦਿੱਤੀ ਜਾਊਗੀ, ਉਹ ਦੁੱਖਾਂ ਤੋਂ ਬਾਹਰ ਕੱਢ ਦਿੱਤੇ ਜਾਣਗੇ। ਇਹ ਪਰਮੇਸ਼ੁਰ ਦਾ ਕਹਿਣਾ ਹੈ। ਆਮੇਨ, ਹਾਲੇਲੂਯਾ। परमेश्वर ने कहा उसको गुप्त में रखूंगा तो उसकी सुनूंगा, तो जरूरत पड़ने पर मैं उसकी खुद भी रक्षा करूंगा। तो परमेश्वर कहते कौन है, कौन है वो? परमेश्वर की शक्ति है, वो नवी भी हुई है, वो नवी संत, वो परमेश्वर का बेटा वो है जो जरूरत पैण से अपनी रक्षा करता है। जो प्रार्थना करते हो प्रार्थना सुनता है, ਜਦੋਂ ਸੰਕਟ ਆਉਣ 'ਤੇ ਤੁਸੀਂ ਫੋਨ ਲਾਉਂਦੇ ਹੋ, ਤੁਸੀਂ ਬੜਾ ਯਤਨ ਕਰਦੇ ਹੋ, ਤਾਂ ਤੁਹਾਨੂੰ ਬਚਾ ਲਿਆ ਜਾਂਦਾ ਹੈ, ਤੁਹਾਡੀ ਰਕਸ਼ਾ ਕੀਤੀ ਜਾਂਦੀ ਹੈ, ਤੁਹਾਨੂੰ ਕਿੱਡਾ ਵੀ ਵੱਡਾ ਸੰਕਟ ਹੋਵੇ ਬਚਾ ਲਿਆ ਜਾਂਦਾ ਹੈ। ਤਾਂ ਬੱਚਿਓ, ਸੰਕਟ ਮੈਂ ਤੁਹਾਡੀ ਰਕਸ਼ਾ ਕਰੂੰਗਾ, ਤਾਂ ਪਰਮੇਸ਼ੁਰ ਕਹਿੰਦਾ ਤੁਹਾਡੀ ਆਵਾਜ਼ ਕੋ ਸੁਣੂੰਗਾ, ਤਾਂ ਜ਼ਰੂਰਤ ਪੜਨੇ ਪਰ ਤੁਹਾਡੀ ਆਵਾਜ਼ ਕੋ ਸੁਣਨੇ ਪਰ ਖੁਦ ਵੀ ਰਕਸ਼ਾ ਕਰੂੰਗਾ ਖੁਦ, ਕਿਉਂ ਜਿਹਦੇ ਵਿੱਚ ਦੀ ਪਰਮੇਸ਼ੁਰ ਆਪਣਾ ਕੰਮ ਕਰਦਾ ਹੈ, ਜਿੱਥੇ ਡਿਊਟੀ ਆਪਣੀ ਪੂਰੀ ਕਰਦਾ ਹੈ, ਜੋ ਪਰਮੇਸ਼ੁਰ ਦਾ ਸੱਚਾ ਹੈ, ਜੋ ਮਾਨ ਹੈ, ਜੋ ਭਰੋਸਾ ਹੈ, ਜੋ ਪਰਮੇਸ਼ੁਰ ਦਾ ਸੱਚਾ ਕੰਮ ਕਰਦਾ ਹੈ, ਉਹ ਪਰਮੇਸ਼ੁਰ ਪਿਤਾ ਜੀ ਕਹਿੰਦੇ ਉਹਦੇ ਅਸੀਂ ਨਾਲ ਹਾਂ, ਅਸੀਂ ਉਹਦੇ ਨਾਲ ਹਾਂ, ਜ਼ਰੂਰਤ ਪੈਣ 'ਤੇ ਅਸੀਂ ਖੁਦ ਵੀ ਆ ਕੇ ਕੰਮ ਕਰਾਂਗੇ, ਤਾਂ ਕੁਛ ਉਹ ਕੰਮ ਕਰਦੇ ਰਹਿਣਗੇ। ਤਾਂ ਪਰਮੇਸ਼ੁਰ ਦੇ ਬੱਚੇ ਹੋ, ਤਾਂ ਪਰਮੇਸ਼ੁਰ ਨੇ ਕਿਹਾ ਭਰੋਸੇ ਦੇ ਵਿਸ਼ਵਾਸ ਨਾਲ ਯਾਦ ਕਰੋ, ਬਚਨ ਪੜ੍ਹਿਆ ਕਰੋ, ਪੜ੍ਹ ਕੇ ਵੇਖਿਆ ਕਰੋ, ਬਚਨ ਨੂੰ ਅਮਲ ਕਰਿਆ ਕਰੋ, ਬਚਨ ਦੀ ਗੌਰ ਕਰਿਆ ਕਰੋ, ਕੱਪੜੇ ਨਾਲ ਢਕਿਆ ਕਰੋ, ਬਚਨ ਦੀ ਕਦਰ ਕਰਿਆ ਕਰੋ। ਕਈ ਬਚਨ ਨੂੰ ਪੜ੍ਹਦੇ ਨੇ ਇਸ ਤਰ੍ਹਾਂ ਚੱਕਦੇ ਨੇ, ਕਿਤੇ ਚੱਕ ਕੇ ਕਿਤੇ ਰੱਖਿਆ, ਕਿਤੇ ਕਿਤੇ ਰੱਖਿਆ, ਗਰਦਾ ਪੈਂਦਾ ਹੈ, ਮਿੱਟੀ ਤੋੜ ਪੈਂਦੀ ਹੈ। ਤਾਂ ਬੱਚੋ, ਵਚਨ ਦੀ ਸੰਭਾਲ ਕਰੋ, ਉਹ ਵਚਨ 'ਤੇ ਵਿਸ਼ਵਾਸ ਕਰਕੇ ਦੇਖੋ, ਬਚਨ ਦੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ, ਜੋ ਅੱਜ ਵਚਨ ਦੱਸ ਰਿਹਾ ਤੁਹਾਡੀ ਬੜੀ ਵੱਡੀ ਮਦਦ ਕਰਦਾ ਹੈ, ਤੁਹਾਨੂੰ ਉਸ ਮੌਤ ਦੇ ਕੋਲੋਂ ਛੁਡਾਉਂਦਾ ਹੈ, ਜੋ ਪਰਮੇਸ਼ੁਰ ਯਹੋਵਾ ਤੋਂ ਲੈ ਕੇ ਪ੍ਰਭੂ ਯਿਸੂ ਮਸੀਹ ਤੋਂ ਲੈ ਕੇ, ਜੋ ਅੱਜ ਵਚਨ ਬਾਈਬਲ ਦੇ ਵਿੱਚ ਬਿਰਾਜਮਾਨ ਹੈ। ਇਹ ਬੱਚਿਓ, ਜੋ ਵਚਨ ਹੈ ਇਹ ਕੋਈ ਆਪਣੀ ਮਰਜ਼ੀ ਦੇ ਨਾਲ ਬਣਿਆ ਹੋਇਆ ਨਹੀਂ, ਇਹ ਪਰਮੇਸ਼ੁਰ ਦੀ ਮਰਜ਼ੀ ਦੇ ਨਾਲ ਵਚਨ ਆਇਆ ਹੋਇਆ ਹੈ, ਪਰਮੇਸ਼ੁਰ ਦੀ ਮਰਜ਼ੀ ਦੇ ਨਾਲ ਵਚਨ ਬਿਰਾਜਮਾਨ ਹੋਇਆ ਹੋਇਆ, ਇਹ ਕਿਸੇ ਆਪਣੀ ਕਿਸੇ ਦੀ ਮਰਜ਼ੀ ਨਾਲ ਨਹੀਂ ਲਿਖਿਆ ਗਿਆ ਹੋਇਆ। ਇਸੇ ਲਈ ਪਰਮੇਸ਼ੁਰ ਨੇ ਦੱਸਿਆ ਜਿਹੜੀਆਂ ਸ਼ਕਤੀਆਂ ਹੈ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਦਿਖਾਉਂਦਾ ਹੈ, ਲੰਗੜੇ ਨੂੰ ਚਲਾਉਂਦਾ ਹੈ, ਅੰਨੇ ਨੂੰ ਅੱਖੀਆਂ ਦਿੰਦਾ ਹੈ, ਦੇਖੋ ਬਿਮਾਰ ਨੂੰ ਚੰਗਾ ਕਰਦਾ ਹੈ, ਜ਼ਿੰਦਗੀ ਬਦਲ ਦਿੰਦਾ ਹੈ, ਕਾਲ ਦੇ ਕੋਲੋਂ ਛੁਡਾ ਕੇ ਸਵਰਗ ਲੋਕ ਦੇ ਨੇੜੇ ਕਰ ਦਿੰਦਾ ਹੈ। ਤਾਂ ਪਰਮੇਸ਼ੁਰ ਦੀ ਦੇਖੋ ਕਿੱਡੀ ਵੱਡੀ ਮਹਿਮਾ ਹੈ, ਪ੍ਰਭੂ ਯਿਸੂ ਮਸੀਹ ਕਿੱਡੀ ਬੜੀ ਮਹਾਨ ਕਿਰਪਾ ਹਨ। ਇੱਥੇ ਭਜਨ ਸਹਿਤਾ ਦੇ ਵਿੱਚ ਪਰਮੇਸ਼ੁਰ ਯਹੋਵਾ ਜੀ ਕਿੱਡੀ ਵੱਡੀ ਦਾਤ ਬਖਸ਼ ਰਹੇ ਹਨ, ਕਿੰਨਾ ਆਪਣੇ ਦਾਸਾਂ ਤੋਂ ਲੈ ਕੇ ਸੰਤਾਂ ਤੋਂ ਲੈ ਕੇ ਨਵੀਆਂ ਤੋਂ ਲੈ ਕੇ ਕਿੱਡੀ ਬੜੀ ਪਰਮੇਸ਼ੁਰ ਦਾ ਹੀ ਸ਼ਕਤੀ ਅੱਗੇ ਰੱਖ ਰਹੇ ਹਨ, ਸਾਮਰਥ ਰੂਪ ਆਦਿ ਨੂੰ ਅੱਗੇ ਕਰ ਰਹੇ ਹਨ। ਹਾਲੇਲੂਯਾ, ਬਸ ਹਾਂਜੀ, ਬਸ ਜੋ ਮੈਂ ਆਪਣੇ ਕੀਏ ਹੋਏ ਉਧਾਰ ਦਾ ਦਰਸ਼ਨ ਦਿਖਾਊਂਗਾ। ਤਾਂ ਬੱਚਿਓ, ਦਰਸ਼ਨ ਤਾਂ ਤੁਸੀਂ ਵੇਖਦੇ ਹੀ ਹੋ, ਤੁਸੀਂ ਉਹਦੇ ਵੇਖਦੇ ਹੋ ਕੰਮ, ਤਾਂ ਦਰਸ਼ਨ ਪਾਉਣ ਵਾਲੇ ਉਹਦੇ ਪਾਉਂਦੇ ਹਨ, ਉਹਨੂੰ ਵੇਖਣ ਵਾਲੇ ਵੇਖਦੇ ਹਨ। ਤਾਂ ਬੱਚਿਓ, ਪਰਮੇਸ਼ੁਰ ਤਾਂ ਬੜਾ ਭਲਾ ਹੈ, ਬੜਾ ਪਿਆਰਾ ਹੈ, ਇੰਨਾ ਮਹਾਨ ਹੈ। ਤਾਂ ਬੱਚਿਓ, ਪਾਪ ਨਾ ਕਰਿਓ, ਕਿਸੇ ਦਾ ਮਾੜਾ ਨਾ ਕਰਿਓ, ਨਿੰਦਿਆ ਚੁਗਲੀ ਨਾ ਕਰਿਓ। ਪਰਮੇਸ਼ੁਰ ਕਹਿੰਦਾ ਹੈ ਜੋ ਭਲਾ ਕਰਨਾ, ਕਿਸੇ ਦਾ ਬੁਰਾ ਨਹੀਂ ਕਰਨਾ, ਨਿੰਦਿਆ ਚੁਗਲੀ ਨਹੀਂ ਕਰਨੀ, ਕਿਸੇ ਦਾ ਖੂਨ ਮਤ ਕਰਨਾ, ਪਰਮੇਸ਼ੁਰ ਬਹੁਤ ਮਹਾਨ ਹੈ। ਧੰਨਵਾਦ ਕਰਦਾ ਮੈਂ ਪਰਮੇਸ਼ੁਰ ਯਹੋਵਾ ਜੀ ਦਾ ਅਤੇ ਪ੍ਰਭੂ ਯਿਸੂ ਮਸੀਹ ਦਾ, ਜਿਹੜੇ ਇਸ ਵਚਨ ਨੂੰ ਬੜੇ ਪਿਆਰ ਨਾਲ ਸੁਣਨਗੇ, ਬੜੇ ਅਮਲ ਕਰਕੇ ਸੁਣਨਗੇ, ਉਹ ਵਚਨ ਤੋਂ ਨਾਲ ਦੀ ਨਾਲ ਚੰਗੇ ਕੀਤੇ ਜਾਣਗੇ। ਆਮੇਨ, ਹਾਲੇਲੂਯਾ, ਆਮੇਨ, ਹਾਲੇਲੂਯਾ।